ਸਬੱਬ ਕਿਵੇਂ ਬਣਿਆ ਇਹ, ਮਤਲਬ ਖੁੱਲ੍ਹਾ ਦਾੜਾ ਰੱਖਣ ਦਾ? ਜੇ ਚੰਗੀ ਮੌਤ ਲਈ ਚੰਗਾ ਜੀਣਾ ਪੈਂਦਾ, ਜੇ ਜੀਵਨ ਚੰਗਾ ਵਾ ਅਤੇ ਉਹਦੇ 'ਚੋਂ ਹੀ ਹਰ ਕੋਈ ਚੀਜ਼ ਨਿਕਲਦੀ ਆ, ਉਹਦਾ ਹੀ ਇਹ ਵਜੇ 'ਚ ਮੌਤ ਵੀ ਚੰਗੀ ਆਉਂਦੀ ਆ। ਜਦੋਂ ਅੰਦਰ ਪਿਆਰ ਜਾਗਦਾ ਫਿਰ ਉਹ ਚੀਜ਼ ਲਈ ਕੋਈ ਬੰਦੇ ਦਾ ਬਹਾਨਾ ਨਹੀਂ ਹੁੰਦਾ, ਸਮਾਂ ਵੀ ਕੋਈ ਅਹਿਮੀਅਤ ਨਹੀਂ ਰੱਖਦਾ ਉਹ ਚੀਜ਼ ਵਾਸਤੇ, ਫਿਰ ਜਦੋਂ ਕਰਨਾ ਤਾਂ ਫਿਰ ਕਰਨਾ ਹੀ। ਬਹੁਤ ਵਧੀਆ ਮਹਿਕਮੇ ਸਾਡੇ ਦੇ ਵਿੱਚ ਬਹੁਤ ਹੈਗੇ, ਰੱਬ ਦਾ ਨਾਂ ਲੈਣ ਵਾਲੇ ਵੀ ਸਿੰਘ ਹੈਗੇ ਆ, ਬਹੁਤ ਪਹੁੰਚੀਆਂ ਰੂਹਾਂ ਜੀ। ਪਹਿਲਾਂ ਵੀ ਜਿਵੇਂ ਮੰਨ ਲਓ ਆ ਕੇ ਲੋਕ ਤੁਹਾਡੇ ਨਾਲ ਤਸਵੀਰਾਂ ਕਰਾ ਰਹੇ? ਹਾਂਜੀ, ਇੰਨੇ ਚਲੋ ਯੋਗ ਤਾਂ ਹੈ ਨਹੀਂ, ਪਰ ਜੋ ਮਾਣ ਸਨਮਾਨ ਮਿਲ ਰਿਹਾ ਵਾ ਅਤੇ ਬਸ ਸ਼ੁਕਰ ਕਰੀਦਾ ਜੀ। ਬਸ ਇਹਨਾਂ ਦੀ ਬਦੌਲਤ ਹੀ ਆ ਜੀ, ਇਹਨਾਂ ਨੇ ਜੋ ਵੱਡ ਵਡੇਰਿਆਂ ਨੇ ਕੀਤਾ ਆਪਣਿਆਂ ਨੇ, ਅਤੇ ਉਹਨਾਂ ਦੀ ਕਰਨੀ ਖਾ ਰਹੇ ਹਾਂ ਜੀ ਅਸੀਂ। ਪਹਿਲਾਂ ਚਲੋ ਕਟਿੰਗ ਸੀਗੀ ਮੇਰੇ ਵੀ, ਪਰ ਇੱਦਾਂ ਹੀ ਫੁਰਨਾ ਆਇਆ ਜੀ ਗੁਰੂ ਸਾਹਿਬ ਦੇ ਪਵਿੰਡ ਸਾਹਿਬ, ਇੱਦਾਂ ਹੀ ਬੈਠੇ ਹਾਂ ਮਨ 'ਚ ਫੁਰਨਾ ਆਇਆ ਕਿ ਜੀ ਮਹਾਰਾਜ ਦੇ ਚਲੋ ਆਪਾਂ ਮੰਨਦੇ ਹਾਂ, ਇਹਨਾਂ ਸਤਿਕਾਰ ਕਰਦੇ, ਉਹਨਾਂ ਆਪਣੇ ਲਈ ਇੰਨਾ ਕੁਝ ਕੀਤਾ, ਪਰ ਆਪਾਂ ਉਹਨਾਂ ਦੇ ਕਦਮਾਂ 'ਤੇ ਚੱਲਦੇ ਨਹੀਂ। ਕਟਿੰਗ ਸੀਗੀ ਤੁਹਾਡੇ ਕਿੰਨੀ ਉਮਰ ਤੱਕ? ਕਰੀਬ 30 ਸਾਲ ਤੱਕ ਹੋਏਗੀ। ਕਿੰਨੀ ਉਮਰ ਹੈ ਤੁਹਾਡੀ? 36 ਸਾਲ ਹੈ। ਇਹ ਤਾਂ ਉਹਨਾਂ ਦੀ ਮਿਹਰ ਹੀ ਹੋਈ ਜੀ, ਆਪਾਂ ਨਾਲ ਅਰਦਾਸ ਕਰੀ ਦੀ ਕਿ ਮਾਲਕ ਜੀ ਕੋਈ ਸਾਡੇ 'ਤੇ ਕੋਈ ਕਿਰਪਾ ਕਰੋ, ਅਤੇ ਇਹ ਉਹਨਾਂ ਦੀ ਕਿਰਪਾ ਹੀ ਆ ਜੀ। ਮੈਂ ਤਾਂ ਸਗੋਂ ਆਪਣੇ ਵੱਲ ਭਾਗਾਂ ਨੇ ਸਮਝਦੇ ਕਿ ਉਹਨਾਂ ਸਾਡੀ ਕਿਰਪਾ, ਸਾਡੀ ਬੇਨਤੀ ਸੁਣੀ ਹੈ ਜੀ। ਨਹੀਂ ਜੀ, ਬਸ ਔਰੰਗਜ਼ੇਬ ਦਾ ਤੁਸੀਂ ਦੇਖ ਲਓ ਕਿ ਉਹਨਾਂ ਦੇ ਆਉਂਦੇ ਕਿ ਹੁਣ ਸ਼ਾਇਦ ਕਬਰ ਦੇ ਆਉਂਦੇ ਕੋਈ ਦੀਵਾ ਵੀ ਨਹੀਂ ਜਗਾਉਣ ਵਾਲਾ ਹੁੰਦਾ, ਅਤੇ ਜਿਨ੍ਹਾਂ ਨੂੰ ਉਹਨਾਂ ਸ਼ਹੀਦ ਕੀਤਾ ਸੀ ਅਤੇ ਉਹਨਾਂ ਦੇ ਕਿੱਡੇ ਮੇਲੇ ਲੱਗਦੇ। ਜੇ ਆਪਾਂ ਖੜੇ ਹਾਂ, ਮਿਲ ਰਿਹਾ ਇਦੋਂ ਵੱਡਾ ਦੁੱਖ ਤਾਂ ਆ ਵੀ ਨਹੀਂ ਸਕਦਾ ਕਿਤੇ, ਹੈ ਨਾ? ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੇ ਐਡੇ ਐਡੀਆਂ ਜੀ, ਇਹਨਾਂ ਦੀ ਬਦੌਲਤ ਹੀ ਖੜੇ ਹਾਂ ਜੀ, ਇਹਨਾਂ ਨੇ ਜੇ ਨੀਹਾਂ 'ਚ ਖੜੇ ਆ ਅਤੇ ਉਹਨਾਂ ਨੇ ਜੋ ਆਪਾਂ ਉਹਨਾਂ ਦੀ ਬਦੌਲਤ ਹੀ ਆ ਜੇ ਜਗ੍ਹਾ 'ਤੇ ਆਪਾਂ ਵੇਖ ਲਓ ਮੇਲੇ ਲੱਗਦੇ। ਕਹਿੰਦੇ ਕਿ ਜ਼ਾਲਮ ਮਰ ਜਾਂਦਾ ਉਹਦਾ ਰਾਜ ਮੁੱਕ ਜਾਂਦਾ, ਅਤੇ ਸ਼ਹੀਦ ਜਦੋਂ ਮਰਦਾ ਉਹਦਾ ਰਾਜ ਸ਼ੁਰੂ ਹੋ ਜਾਂਦਾ। ਨਹੀਂ ਦੇਖੋ ਜੀ, ਇਹ ਤਾਂ ਜਿੱਦਾਂ ਹਰਪ੍ਰੀਤ ਜੀ ਦੱਸਿਆ ਪਹਿਲਾਂ ਜੀ, ਇਹ ਤਾਂ ਬਖਸ਼ਿਸ਼ ਹੈ ਗੁਰੂ ਸਾਹਿਬ ਦੀ ਜੀ। ਹਾਂਜੀ, ਬਾਕੀ ਜੇ ਕੁਛ ਅਸੀਂ ਗੁਰੂ ਸਾਹਿਬ ਦੇ ਪਾਏ ਪੂਰਨਿਆਂ 'ਤੇ ਚੱਲਾਂਗੇ, ਉਹਦੇ 'ਚ ਵਡਿਆਈਆਂ ਹੀ ਆ ਜੀ, ਬਖਸ਼ਿਸ਼ਾਂ ਹੀ ਉਹਦੇ ਵਿੱਚ, ਬਾਕੀ ਬਹਾਨੇ ਤਾਂ ਬੰਦਾ ਘੱਟਦਾ ਹੀ ਰਹਿੰਦਾ ਜੀ। ਐਡੇ ਵੱਡੇ ਪੂਰਨੇ ਸਾਡੇ ਵਾਸਤੇ ਪਾ ਕੇ ਆਪਣੀ ਜਾਨਾਂ ਕੁਰਬਾਨ ਕਰ ਗਏ, ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ, ਅਤੇ ਜੇ ਅਸੀਂ ਉਹ ਉਹਨਾਂ ਦਿੱਤਾ ਹੋਇਆ ਸਰੂਪ ਹੀ ਸੰਭਾਲ ਨਹੀਂ ਸਕਦੇ, ਅਤੇ ਜੈਸ ਫਿਰ ਅਸੀਂ ਮਤਲਬ ਕਿਸੇ ਨੂੰ ਕੁਛ ਦਿਨਾਂ ਦਾ ਸਾਡੇ ਠੀਕ ਨਹੀਂ ਨਾ। ਗੁਰੂ ਸਾਹਿਬ ਦਾ ਫਰਮਾਨ ਹੈ ਸਾਬਤ ਸੂਰਤ ਦਸਤਾਰ ਸਿਰਾ, ਜਿਹੜਾ ਮੇਰਾ ਸਿੱਖ ਹੈ ਉਹ ਸਾਬਤ ਸੂਰਤ ਹੋਊਗਾ, ਕੇਸ ਦਾੜਾ ਰੱਖਿਆ ਹੋਊਗਾ ਅਤੇ ਦਸਤਾਰ ਹੋਊਗੀ ਸਿਰ 'ਤੇ, ਤਾਂ ਗੁਰੂ ਸਾਹਿਬ ਦੀ ਬਾਣੀ ਦਾ ਇਹ ਫਰਮਾਨ ਹੈ। ਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਜੀ ਦੇ ਸ਼ਹਾਦਤ ਦੇ ਦਿਹਾੜੇ ਚੱਲ ਰਹੇ ਨੇ, ਤਾਂ ਪੰਜਾਬ ਪੁਲਿਸ ਦੇ ਵੀਰ ਨੇ ਦੋ ਦੇਖ ਸਕਦੇ ਹੋ ਤੁਸੀਂ, ਖੁੱਲ੍ਹੇ ਦਾੜੇ ਦੇ ਵਿੱਚ ਬਹੁਤ ਘੱਟ ਮਿਲਦੇ ਨੇ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਹੋਣ, ਜਿਹੜੇ ਖੁੱਲ੍ਹਾ ਦਾੜਾ ਰੱਖਣ। ਤਾਂ ਸਰੂਪ ਸਾਨੂੰ ਬਹੁਤ ਵਧੀਆ ਲੱਗਿਆ, ਮੈਂ ਕਿਹਾ ਗੱਲਬਾਤ ਕਰਨੀ ਚਾਹੀਦੀ ਹੈ ਬਾਈ ਜੀ ਨਾਲ। ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਫਤਿਹ ਜੀ, ਸ਼ੁਭ ਨਾਮ ਕੀ ਹੈ ਜੀ? ਮੇਰਾ ਨਾਂ ਜੀ ਹਰਪ੍ਰੀਤ ਸਿੰਘ ਆ ਜੀ। ਹਾਂਜੀ, ਸ਼੍ਰੀ ਤਰਨ ਤਾਰਨ ਸਾਹਿਬ ਤੋਂ ਅਸੀਂ ਬਿਲੋਂਗ ਕਰਦੇ ਹਾਂ ਜੀ। ਹਾਂਜੀ, ਇੱਥੇ ਸਾਡੀ ਸੇਵਾ ਲੱਗੀ ਹੁਣ 8 ਦਿਨ। ਅੱਛਾ, ਹਾਂਜੀ, ਇੱਥੇ ਡਿਊਟੀ ਕਰਨੀ ਹੈ। ਤਾਂ ਮੈਂ ਦੇਖ ਕੇ ਪਹਿਲਾਂ ਮੈਂ ਤੁਹਾਡੇ ਕੋਲੋਂ ਲੰਘਿਆ ਇੱਥੋਂ, ਮੈਂ ਕਿਹਾ ਵੀ ਆ ਕੇ ਕਰਦੇ ਹਾਂ ਬਾਈ ਉਹਨਾਂ ਨਾਲ ਗੱਲਬਾਤ। ਤਾਂ ਖੁੱਲ੍ਹੇ ਦਾੜੇ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਬਹੁਤ ਘੱਟ ਬੰਦੇ ਮਿਲਦੇ ਨੇ, ਅਤੇ ਤੁਹਾਡੀ ਏਜ ਵੀ ਮੈਨੂੰ ਲੱਗਦਾ ਯੰਗ ਹੀ ਹੋ ਤੁਸੀਂ, ਤਾਂ ਕਿਵੇਂ ਇਹ ਸਬੱਬ ਕਿਵੇਂ ਬਣਿਆ ਇਹ ਮਤਲਬ ਖੁੱਲ੍ਹਾ ਦਾੜਾ ਰੱਖਣ ਦਾ? ਇਹ ਤਾਂ ਜੀ ਮਹਾਰਾਜ ਵੱਲੋਂ ਜੀ ਫੁਰਨਾ ਆਇਆ ਜੀ, ਅਤੇ ਬਾਕੀ ਸਾਡੇ ਅਫਸਰ ਸਾਹਿਬਾਨ ਨੇ ਵੀ ਬਹੁਤ ਸਾਡੀ ਹੌਸਲਾ ਬਜਾਈ ਕੀਤੀ ਆ, ਬਹੁਤ ਵਧੀਆ ਮਹਿਕਮੇ ਸਾਡੇ ਦੇ ਵਿੱਚ ਬਹੁਤ ਹੈਗੇ, ਰੱਬ ਦਾ ਨਾਂ ਲੈਣ ਵਾਲੇ ਵੀ ਸਿੰਘ ਹੈਗੇ ਆ,
ਬਹੁਤ ਪਹੁੰਚੀਆਂ ਰੂਹਾਂ ਜੀ, ਤੇ ਕੋਈ ਪ੍ਰੋਬਲਮ ਨਹੀਂ ਆ ਰਹੀ ਜੀ। ਜਿਹੜੀ ਚੀਜ਼ ਆਪਾਂ ਸ਼ੌਂਕ ਨਾਲ ਕਰਦੇ ਹਾਂ ਉਹ ਚੀਜ਼ ਲਈ ਕੋਈ ਜਾਂ ਸਮਾਂ ਜਾਂ ਕੋਈ ਵਿੱਚ ਉਹਦੇ ਵਾਸਤੇ ਮਾਇਨ ਨਹੀਂ ਰੱਖਦੀ। ਜਦੋਂ ਕੋਈ ਚੀਜ਼ ਆਪਾਂ ਹਾਸਲ ਕਰਨੀ ਆ ਤਾਂ ਫਿਰ ਕੋਈ ਐਕਸਕਿਊਜ਼ ਨਹੀਂ ਹੁੰਦਾ, ਉਹ ਤਾਂ ਬਹਾਨੇ ਤਾਂ ਦੂਜੇ ਜਿਹੜੇ ਐਕਸਕਿਊਜ਼ ਹੁੰਦੇ ਉਹ ਤਾਂ ਜਿਹਨੇ ਨਹੀਂ ਕਰਨਾ ਤਾਂ ਉਹਨਾਂ ਵਾਸਤੇ ਹੁੰਦੇ ਆ ਜੀ। ਤੇ ਬਹੁਤ ਸੰਗਤ ਪਿਆਰ ਦਿੰਦੀ ਆ ਜੀ, ਤੇ ਬੜਾ ਮਾਣ ਮਹਿਸੂਸ। ਦੇਖ ਰਹੇ ਸੀ ਪਹਿਲਾਂ ਵੀ ਜਿਵੇਂ ਮੰਨ ਲਓ ਆ ਕੇ ਲੋਕ ਤੁਹਾਡੇ ਨਾਲ ਤਸਵੀਰਾਂ ਕਰਾ ਰਹੇ ਸੀ। ਹਾਂਜੀ, ਇੰਨੇ ਚਲੋ ਯੋਗ ਤਾਂ ਹੈ ਨਹੀਂ, ਪਰ ਜੋ ਮਾਣ ਸਨਮਾਨ ਮਿਲ ਰਿਹਾ ਵਾ ਤੇ ਬਸ ਸ਼ੁਕਰ ਕਰੀਦਾ ਜੀ। ਬਸ ਇਹਨਾਂ ਦੀ ਬਦੌਲਤ ਹੀ ਆ ਜੀ, ਇਹਨਾਂ ਨੇ ਜੋ ਵੱਡ ਵਡੇਰਿਆਂ ਨੇ ਕੀਤਾ ਆਪਣਿਆਂ ਨੇ ਤੇ ਉਹਨਾਂ ਦੀ ਕਰਨੀ ਖਾ ਰਹੇ ਹਾਂ ਜੀ ਅਸੀਂ। ਤੇ ਕੋਸ਼ਿਸ਼ ਕਰਦੀ ਕਿ ਜੋ ਮਹਾਰਾਜ ਕੇ ਅਰਦਾਸ ਕਰੀਦੀ ਆ ਗਈ, ਜਿੰਨੇ ਯੋਗ ਆ ਜੀ ਅਸੀਂ ਵੀ ਸੇਵਾ 'ਚ ਹਿੱਸਾ ਪਾਈਏ ਜੀ। ਇੱਕ ਚੀਜ਼ ਹੋਰ ਵੀ ਹੁੰਦੀ ਆ ਪੁਲਿਸ ਵਾਲਿਆਂ 'ਚ, ਕਾਫੀ ਦੇਖਦੇ ਹਾਂ ਅਸੀਂ, ਜੇ ਮੰਨ ਲਓ ਦਸਤਾਰਾਂ ਵੀ ਹੁੰਦੀਆਂ ਨੇ, ਉਹ ਦਸਤਾਰਾਂ ਪਹਿਨ ਲੈਂਦੇ ਨੇ, ਦਸਤਾਰਾਂ ਬੰਨ ਲੈਂਦੇ ਨੇ, ਪਰ ਕੇਸ ਕੱਟੇ ਹੁੰਦੇ ਨੇ। ਤੁਹਾਡੇ ਦਾੜਾ ਵੀ ਪ੍ਰਕਾਸ਼ ਹੈ, ਕੇਸ ਵੀ ਰੱਖੇ ਹੋਏ ਨੇ ਜੀ। ਜੀ ਹਾਂਜੀ, ਇਹ ਜਿਵੇਂ ਮੰਨ ਲਓ ਘਰੋਂ ਸਿੱਖਿਆ ਮਿਲੀ ਸੀ, ਘਰਦਿਆਂ ਨੇ ਕਿਹਾ ਸੀ, ਦਾਦੇ ਨੇ ਕਿਹਾ ਸੀ, ਪਿਓ ਨੇ ਕਿਹਾ ਸੀ, ਕਿਹਨਾਂ ਨੇ ਕਿਹਾ? ਇਹ ਤਾਂ ਜੀ ਕਿਰਪਾ ਹੀ ਹੁੰਦੀ ਜੀ ਮਹਾਰਾਜ ਦੀ, ਜਿੱਦਾਂ ਬਾਣੀ 'ਚੋਂ ਹੀ ਆਉਂਦਾ ਜੀ, ਸਹਿ ਸਿਆਣਪਾ ਲੱਖ ਹੋਏ ਦਾਕਣਾ ਚੱਲੇ ਨਾਲ। ਇਹ ਤਾਂ ਕੋਈ ਮਹਾਰਾਜ ਦੀ ਬਖਸ਼ਿਸ਼ ਹੀ ਆ ਜੀ, ਜਿੱਦਾਂ ਇਹ ਤਾਂ ਮਹਾਰਾਜ ਵੱਲੋਂ ਕੋਈ ਕਿਰਪਾ ਜੀ। ਪਹਿਲਾਂ ਚਲੋ ਕਟਿੰਗ ਸੀਗੀ ਮੇਰੇ ਵੀ, ਪਰ ਇੱਦਾਂ ਹੀ ਫੁਰਨਾ ਆਇਆ ਜੀ ਗੁਰੂ ਸਾਹਿਬ ਦੇ ਪਵਿੰਡ ਸਾਹਿਬ, ਇੱਦਾਂ ਹੀ ਬੈਠੇ ਹਾਂ ਮਨ 'ਚ ਫੁਰਨਾ ਆਇਆ ਕਿ ਜੀ ਮਹਾਰਾਜ ਦੇ ਚਲੋ ਆਪਾਂ ਮੰਨਦੇ ਹਾਂ, ਇਹਨਾਂ ਸਤਿਕਾਰ ਕਰਦੇ ਹਾਂ, ਉਹਨਾਂ ਆਪਣੇ ਲਈ ਇੰਨਾ ਕੁਝ ਕੀਤਾ, ਪਰ ਆਪਾਂ ਉਹਨਾਂ ਦੇ ਕਦਮਾਂ 'ਤੇ ਚੱਲਦੇ ਨਹੀਂ। ਪਹਿਲਾਂ ਕਟਿੰਗ ਸੀਗੀ ਤੁਹਾਡੇ ਜੀ, ਕਿੰਨੀ ਉਮਰ ਤੱਕ? ਕਰੀਬ 30 ਸਾਲ ਤੱਕ ਹੋਏਗੀ। ਹਾਂਜੀ, ਹੁਣ ਕਿੰਨੀ ਉਮਰ ਹੈ ਤੁਹਾਡੀ? 36 ਸਾਲ ਆ ਜੀ। 36 ਸਾਲ ਜੀ, ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਕੇ ਹੀ ਰੱਖਿਆ? ਹਾਂਜੀ ਹਾਂਜੀ ਹਾਂਜੀ, ਤੇ ਬਹੁਤ ਸਤਿਕਾਰ ਮਿਲਿਆ ਜੀ, ਅਫਸਰਾਂ ਵੀ ਬਹੁਤ ਹੌਸਲਾ ਅਫਜਾਈ ਕੀਤੀ। ਇੱਕ ਕਿਰਦਾਰ ਆ ਜੀ, ਆਪਾਂ ਇੱਕ ਇਸ ਰੂਪ 'ਚ ਹੁੰਦੇ ਹਾਂ, ਇੱਕ ਆਪਾਂ ਨੂੰ ਆਪਣੇ ਵੱਡ ਵਡੇਰਿਆਂ ਦਾ ਆਪਣੇ ਮਨ 'ਚ ਹੁੰਦਾ ਜੀ, ਕਿਹਨਾਂ ਦੀ ਕਮਾਈ ਆਪਾਂ ਖਾਣ ਡਏ ਹਾਂ ਜੀ, ਕਿਹਨਾਂ ਨੇ ਜੋ ਕਿੰਨਾ ਕੁਝ ਕੀਤਾ, ਲੋਕ ਆ ਕੇ ਮਿਲਦੇ ਆ ਉਹਨਾਂ ਦੇ ਮਨ 'ਚ, ਉਹਨਾਂ ਦਾ ਮਾਣ ਸਤਿਕਾਰ ਹੀ ਆ ਜੀ, ਜਿਹੜਾ ਉਹ ਆਪਾਂ ਨੂੰ ਆ ਕੇ ਉਹ ਰੂਪ ਆਪਣੇ ਵੇਖਦੇ ਆ। ਸਬੱਬ ਕਿਵੇਂ ਬਣਿਆ ਫਿਰ ਸਿੱਖੀ ਵੱਲ ਨੂੰ? ਸਿੱਖੀ ਨੂੰ ਇੱਦਾਂ ਜੀ, ਇਹਨਾਂ ਦੀ ਕਿਰਪਾ ਹੀ ਹੋਈ ਆ ਜੀ, ਮਾਲਕ ਦੀ ਕਿਰਪਾ ਹੋ ਜਾਂਦੀ ਆ ਮਹਾਰਾਜ ਜੀ। ਜੇ ਮੰਨ ਲਓ ਕੋਈ ਸਬੱਬ ਬਣਦਾ, ਸਬੱਬ ਕੀ ਬਣਿਆ? ਜਿਵੇਂ ਮੰਨ ਲਓ ਤੁਹਾਡਾ ਟਰਨਿੰਗ ਪੁਆਇੰਟ ਹੁੰਦਾ ਇੱਕ, ਜਿੱਥੋਂ ਬੰਦੇ ਨੂੰ ਲੱਗਦਾ ਵੀ ਯਾਰ ਮੈਂ ਇਸ ਰਸਤੇ ਜਾ ਰਿਹਾ, ਮੈਨੂੰ ਇੱਧਰ ਮੁੜਨਾ ਚਾਹੀਦਾ, ਉਹ ਟਰਨਿੰਗ ਪੁਆਇੰਟ ਕੀ ਸੀ? ਉਹ ਆਪਣਾ ਜਿੱਦਾਂ ਸ਼ੁਰੂ ਤੋਂ ਇਤਿਹਾਸ ਪੜ੍ਹਨ ਦਾ ਸ਼ੌਂਕ ਸੀਗਾ ਜੀ, ਤੇ ਉੱਤੇ ਮਾਣ ਵੀ ਸੀ ਆਪਾਂ ਨੂੰ। ਇਹ ਤਾਂ ਉਹਨਾਂ ਦੀ ਮਿਹਰ ਹੀ ਹੋਈ ਜੀ, ਆਪਾਂ ਨੇ ਅਰਦਾਸ ਕਰੀ ਦੀ ਕਿ ਮਾਲਕ ਜੀ ਕੋਈ ਸਾਡੇ 'ਤੇ ਕੋਈ ਕਿਰਪਾ ਕਰੋ, ਤੇ ਇਹ ਉਹਨਾਂ ਦੀ ਕਿਰਪਾ ਹੀ ਆ ਜੀ। ਮੈਂ ਤਾਂ ਸਗੋਂ ਆਪਣੇ ਵੱਲੋਂ ਭਾਗਾਂ ਵਾਲੇ ਸਮਝਦੇ ਕਿ ਉਹਨਾਂ ਸਾਡੀ ਕਿਰਪਾ, ਸਾਡੀ ਬੇਨਤੀ ਸੁਣੀ ਆ ਜੀ। ਤਾਂ ਯੂਥ ਨੂੰ ਕੀ ਕਹਿਣਾ ਚਾਹੋਗੇ? ਜਿਵੇਂ ਮੰਨ ਲਓ ਪੰਜਾਬ ਪੁਲਿਸ ਦੇ ਵਿੱਚ ਰਹਿ ਕੇ ਤੁਸੀਂ ਦਾੜੀ ਰੱਖੀ ਹੋਈ ਆ, ਦਾੜਾ ਪ੍ਰਕਾਸ਼ ਵੀ ਰੱਖਦੇ ਹੋ, ਮਤਲਬ ਯੂਥ ਹੈ ਜਿਹੜਾ ਆਪਣਾ ਆਲੇ ਦੁਆਲੇ ਦੇ ਕਾਲਜ ਦੇ ਵਿੱਚ ਬਾਅਦ 'ਚ ਲੱਗਦੇ ਨੇ, ਮੈਂ ਕਹਿੰਦਾ ਹੁਣ ਤਾਂ ਸਕੂਲਾਂ ਦੇ ਵਿੱਚ ਹੀ ਕਟਾ ਦਿੰਦੇ ਨੇ, ਮਾਂ ਪਿਓ ਵੀ ਕਟਾ ਦਿੰਦੇ ਨੇ ਕੇਸ। ਹਾਂਜੀ, ਬਾਕੀ ਚਲੋ ਆਪਾਂ ਇਹ ਇੱਕ ਮਹਾਰਾਜ ਦਾ ਸਰੂਪ ਆ, ਇਹ ਉਹਨਾਂ ਦੀ ਕਿਰਪਾ ਹੀ ਹੁੰਦੀ ਆ ਜੀ। ਬਾਕੀ ਕਈ ਮੋਨੇ ਵੀਰ ਵੀ ਹੈਗੇ ਆ ਜੀ, ਉਹਨਾਂ ਦੀ ਮਹਾਰਾਜ ਦੀ ਕਿਰਪਾ ਹੋਏਗੀ ਜਿਹੜੇ ਹੈਗੇ, ਨਹੀਂ ਤਾਂ ਉੱਦਾਂ ਵੀ ਕਈ ਬਹੁਤ ਚੰਗੇ ਇਨਸਾਨ ਆ ਜੀ। ਆਪਾਂ ਜ਼ਰੂਰੀ ਨਹੀਂ ਕਿ ਆਪਾਂ ਇਸੇ ਸਰੂਪ 'ਚ ਆ ਕੇ ਬੜੇ ਕਈ ਮਤਲਬ ਚੰਗੇ ਬਣ ਜਾਂਦੇ ਹਾਂ, ਇਹ ਤਾਂ ਅੰਦਰੋਂ ਕੋਈ ਮਹਾਰਾਜ ਦੀ ਬਖਸ਼ੀ ਹੋਈ ਅਮੀਰੀ ਹੁੰਦੀ ਆ ਜੀ, ਉਹ ਕਿਸੇ 'ਚ ਵੀ ਹੋ ਸਕਦੀ ਆ। ਹਾਂਜੀ, ਮਹਿਕਮੇ ਦੇ ਵਿੱਚ ਕਦੇ ਕੋਈ ਪ੍ਰੋਬਲਮ ਆਈ ਹੋਵੇ, ਕਦੇ ਕਿਸੇ ਅਫਸਰ ਨੇ ਕੁਛ ਕਿਹਾ ਹੋਵੇ ਕਦੇ? ਨਹੀਂ ਜੀ, ਕੋਈ ਨਹੀਂ ਜੀ, ਕੋਈ ਇੱਦਾਂ ਦੀ ਨਹੀਂ ਆਈ, ਕੋਈ ਨਹੀਂ। ਹੌਸਲਾ ਵੀ ਬਹੁਤ ਮਿਲਿਆ ਜੀ, ਕੋਈ ਗੱਲ ਨਹੀਂ, ਕੋਈ ਨਹੀਂ ਰੋਕਦਾ ਹੈਗਾ ਜਾਣੀ ਕਿ? ਨਹੀਂ ਜੀ, ਇੱਦਾਂ ਦੀ ਕੋਈ ਮਨਾਹੀ ਹੈ ਵੀ ਨਹੀਂ ਆਪਣੇ, ਨਹੀਂ ਹੈ ਨਹੀਂ ਕੋਈ। ਜਾਣੀ ਕਿ ਬਹਾਨੇ ਹੀ ਹੁੰਦੇ ਨੇ ਯੂਥ ਦੇ ਫਿਰ ਆਪਣੇ ਨੌਜਵਾਨਾਂ ਦੇ, ਚਾਹੇ ਸਾਡੇ ਲਾ ਲਓ ਹੋਰਾਂ ਦੇ ਲਾ ਲਓ। ਬਸ ਜੀ ਬਸ ਇਹੋ ਹੀ, ਇਹੋ ਕਹਿ ਸਕਦੇ ਤੁਸੀਂ, ਇਹ ਜਦੋਂ ਅੰਦਰ ਪਿਆਰ ਜਾਗਦਾ ਫਿਰ ਉਹ ਚੀਜ਼ ਲਈ ਕੋਈ ਬੰਦੇ ਦਾ ਬਹਾਨਾ ਨਹੀਂ ਹੁੰਦਾ, ਸਮਾਂ ਵੀ ਕੋਈ ਅਹਿਮੀਅਤ ਨਹੀਂ ਰੱਖਦਾ ਉਹ ਚੀਜ਼ ਵਾਸਤੇ।
ਫਿਰ ਜਦੋਂ ਕਰਨਾ ਤੇ ਫਿਰ ਕਰਨਾ ਹੀ ਆ ਜੀ, ਇਹ ਉਹਦੀ ਕਿਰਪਾ ਨਾਲ ਹੀ ਹੁੰਦਾ। ਜੇ ਆਪਾਂ ਕਹੀਏ ਕੋਈ ਚੇਤਨਾ ਕਰ ਲਾਂਗੇ ਆਪਾਂ, ਨਹੀਂ ਜੇ ਅੰਦਰ ਪਿਆਰ ਨਹੀਂ ਜਾਗਿਆ ਤੁਹਾਡੇ, ਫਿਰ ਉਹ ਚੀਜ਼ ਤੁਸੀਂ ਨਹੀਂ ਕਰ ਸਕਦੇ। ਜੇ ਪਿਆਰ ਵੀ ਇਹਨਾਂ ਦੀ ਬਖਸ਼ਿਸ਼ ਕਿਰਪਾ ਨਾਲ ਹੀ ਹੋਣਾ। ਆਪਣਾ ਕਹਿੰਦੇ ਚੰਗੀ ਮੌਤ ਲਈ ਚੰਗਾ ਜੀਣਾ ਪੈਂਦਾ, ਜੇ ਜੀਵਨ ਚੰਗਾ ਵਾ ਤੇ ਉਹਦੇ ਚੋਂ ਹੀ ਹਰ ਕੋਈ ਚੀਜ਼ ਨਿਕਲਦੀ ਆ, ਉਹਦਾ ਹੀ ਇਹੋ ਮੌਤ ਵੀ ਚੰਗੀ ਆਉਂਦੀ ਆ। ਤੇ ਉਹ ਤਾਂ ਸੱਚਾਈ ਆ ਜੀ, ਬਾਣੀ ਆਪਣੀ ਕਹਿੰਦੀ ਆ। ਤੇ ਕੋਈ ਚੰਗਾ ਮਸਾਲੀ ਜੀਵਨ ਜੀਉ, ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਆ, ਬਸ ਉਹਦੇ ਭਾਣੇ ਚ ਗੁਜ਼ਾਰੋ ਸਮਾਂ। ਜਿੱਥੇ ਆਪਾਂ ਖੜੇ ਆ ਮਿਲ ਰਿਹਾ, ਏਦੋਂ ਵੱਡਾ ਦੁੱਖ ਤਾਂ ਆ ਵੀ ਨੀ ਸਕਦਾ ਕਿਤੇ, ਹੈਨਾ। ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੇ ਏਡੇ ਏਡੀਆਂ ਇਹਨਾਂ ਦੀ ਬਦੌਲਤ ਹੀ ਖੜੇ ਆ ਜੀ, ਇਹਨਾਂ ਨੇ ਜੇ ਨੀਹਾਂ ਚ ਖੜੇ ਆ ਤੇ ਉਹਨਾਂ ਨੇ ਜੋ ਆਪਾਂ ਉਹਨਾਂ ਦੀ ਬਦੌਲਤ ਹੀ ਆ। ਜੇ ਜਗ੍ਹਾ ਤੇ ਆਪਾਂ ਵੇਖ ਲਓ ਮੇਲੇ ਲੱਗਦੇ, ਕਹਿੰਦੇ ਕਿ ਜ਼ਾਲਮ ਮਰ ਜਾਂਦਾ ਉਹਦਾ ਰਾਜ ਮੁੱਕ ਜਾਂਦਾ, ਤੇ ਸ਼ਹੀਦ ਜਦੋਂ ਮਰਦਾ ਉਹਦਾ ਰਾਜ ਸ਼ੁਰੂ ਹੋ ਜਾਂਦਾ। ਹੁਣ ਉਹ ਚੀਜ਼ਾਂ ਦਿਖਦੀਆਂ ਜੋ ਆਪਾਂ ਅਰਦਾਸ ਪੜ੍ਹਦੇ ਹਾਂ। ਆਪਣੀ ਅਰਦਾਸ ਹੀ ਇਤਿਹਾਸ ਆ ਹਰ ਆਪਣਾ, ਕਿ ਜਦੋਂ ਛੋਟੇ ਛੋਟੇ ਬੱਚਿਆਂ ਦੇ ਟੋਟੇ ਪਵਾ ਕੇ ਗਲਾਂ 'ਚ ਹਾਰ ਪਵਾਏ, ਉਹ ਚੀਜ਼ਾਂ ਵੇਖੀ ਦੀਆਂ, ਉਹਦੇ ਵਿੱਚੋਂ ਹੀ ਭਾਵਨਾ 'ਚੋਂ ਰਾਜ ਨਿਕਲਿਆ ਤੇ ਜੋ ਦੁਨੀਆਂ ਨੇ ਫਿਰ ਵੇਖਿਆ ਵੀ ਆ ਰਾਜ। ਤੇ ਜਿਹੜਾ ਉਹਨਾਂ ਨੇ ਰਾਜ ਸਥਾਪਿਤ ਕਰਤਾ ਉਹ ਤਾਂ ਕੋਈ ਮਿਟਾ ਵੀ ਨਹੀਂ ਸਕਦਾ। ਜਿਵੇਂ ਹੁਣ ਵੀ ਕੇ ਸਿੰਘ ਨਿਸ਼ਾਨ ਸਾਹਿਬ ਮੰਨ ਲਓ ਅਸਮਾਨਾਂ ਤੱਕ ਝੂਲਦੇ ਨੇ। ਬਿਲਕੁਲ ਜੀ ਬਿਲਕੁਲ, ਨਹੀਂ ਜੀ ਬਸ ਔਰੰਗਜ਼ੇਬ ਦਾ ਤੁਸੀਂ ਦੇਖ ਲਓ ਕਿ ਉਹਨਾਂ ਦੇ ਆਂਦੇ ਕਿ ਹੁਣ ਸ਼ਾਇਦ ਕਬਰ ਤੇ ਆਂਦੇ ਕੋਈ ਦੀਵਾ ਵੀ ਨਹੀਂ ਜਗਾਉਣ ਵਾਲਾ ਹੁੰਦਾ, ਤੇ ਜਿਨ੍ਹਾਂ ਨੂੰ ਉਹਨਾਂ ਸ਼ਹੀਦ ਕੀਤਾ ਸੀ ਤੇ ਉਹਨਾਂ ਦੇ ਕਿੱਡੇ ਮੇਲੇ ਲੱਗਦੇ। ਬਾਕੀ ਸਿੱਖੀ ਦਾ ਜੋ ਮੂਲ ਆ ਜੀ ਸੇਵਾ, ਮਹਿਕਮੇ 'ਚ ਆ ਕੇ ਵੀ ਇਹੋ ਬਿਰਤੀ ਰੱਖੀ ਆ ਜੀ ਕਿ ਸੇਵਾ ਹੀ ਕਰਨ ਡਿਆ, ਇਹ ਵੀ ਸੇਵਾ ਹੀ ਆ ਜੀ। ਕੋਈ ਚੰਗੇ ਕਰਮਾਂ ਦੇ ਨਾਲ ਸਾਡਾ ਇੱਥੇ ਚਲੋ ਸਬੱਬ ਬਣਿਆ ਕਿ ਉੱਦਾਂ ਸ਼ਾਇਦ ਕੀ ਤਾਂ ਨਾ ਆਉਂਦੇ, ਪਰ ਇਹ ਜੋ ਮਾਲਕ ਦੀ ਕਿਰਪਾ ਮਿਹਰ ਹੀ ਆ ਜੀ, ਇੱਥੇ ਆ ਕੇ ਜੋ ਸੇਵਾ ਕਰ ਰਹੇ ਹਾਂ। ਚੰਗਾ ਲੱਗਿਆ ਜੀ ਤੁਹਾਡੇ ਨਾਲ ਮਿਲ ਕੇ। ਤਾਂ ਇੱਧਰ ਵੀ ਗੱਲਬਾਤ ਕਰਦੇ ਹਾਂ, ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਨਾਮ ਕੀ ਹੈ? ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਜਸਵਿੰਦਰ ਸਿੰਘ ਕਿੱਥੋਂ ਜੀ ਤੁਸੀਂ? ਜੀ ਮੈਂ ਤਰਨ ਤਾਰਨ ਤੋਂ ਬਿਲੋਂਗ ਕਰਦਾ ਜੀ। ਅੱਛਾ, ਤੁਸੀਂ ਵੀ ਤਰਨ ਤਾਰਨ ਸਾਹਿਬ? ਜੀ ਜੀ ਜੀ, ਮੈਂ ਵੀ ਤਰਨ ਤਾਰਨ। ਜੀ ਜੀ, ਤਾਂ ਤੁਹਾਨੂੰ ਦੇਖ ਕੇ ਵੀ ਲੱਗਿਆ ਵੀ ਮਹਿਕਮੇ ਦੇ ਵਿੱਚ ਤੁਹਾਡੇ ਦੇ ਵਿੱਚ ਦਾੜਾ ਪ੍ਰਕਾਸ਼ ਬਹੁਤ ਘੱਟ ਹੁੰਦਾ ਲੋਕਾਂ ਦੇ। ਹਾਂਜੀ ਦੇਖੋ ਜੀ, ਇਹ ਤਾਂ ਜਿੱਦਾਂ ਹਰਪ੍ਰੀਤ ਜੀ ਦੱਸਿਆ ਪਹਿਲਾਂ ਜੀ, ਇਹ ਤਾਂ ਬਖਸ਼ਿਸ਼ ਹੈ ਗੁਰੂ ਸਾਹਿਬ ਦੀ ਜੀ। ਹਾਂਜੀ, ਬਾਕੀ ਜੇ ਕੁਛ ਅਸੀਂ ਗੁਰੂ ਸਾਹਿਬ ਦੇ ਪਾਏ ਪੂਰਨਿਆਂ 'ਤੇ ਚੱਲਾਂਗੇ ਅਤੇ ਉਹਦੇ 'ਚ ਵਡਿਆਈਆਂ ਹੀ ਆ ਜੀ। ਹਾਂਜੀ, ਬਖਸ਼ਿਸ਼ਾਂ ਹੀ ਉਹਦੇ ਵਿੱਚ, ਬਾਕੀ ਬਹਾਨੇ ਤਾਂ ਬੰਦਾ ਘੱਟਦਾ ਹੀ ਰਹਿੰਦਾ ਜੀ। ਹਾਂਜੀ ਹਾਂਜੀ। ਕਿੰਨੇ ਸਾਲ ਦੀ ਸਰਵਿਸ ਹੋ ਗਈ ਤੁਹਾਡੀ? ਸਰਵਿਸ ਮੇਰੀ ਹੋ ਗਈ ਹੈ ਜੀ, ਮੈਂ ਪਹਿਲਾਂ ਆਰਮੀ 'ਚੋਂ ਰਿਟਾਇਰ ਹਾਂ ਜੀ। ਅੱਛਾ, ਆਰਮੀ? ਜੀ ਜੀ, ਉਸ ਤੋਂ ਬਾਅਦ ਮੈਂ ਫਿਰ ਤਕਰੀਬਨ 12-13 ਸਾਲ ਦੀ ਸਰਵਿਸ ਹੋ ਗਈ। 12-13 ਜੀ ਜੀ ਜੀ। ਜਦੋਂ ਦੇ ਜੁਆਇਨ ਕੀਤਾ ਉਦੋਂ ਦੇ ਹੀ ਦਾੜਾ ਪ੍ਰਕਾਸ਼? ਨਹੀਂ, ਪਹਿਲਾਂ ਕਟਿੰਗ ਸੀ ਜੀ ਮੇਰੀ। ਅੱਛਾ, ਪਹਿਲਾਂ ਕਟਿੰਗ? ਹਾਂਜੀ, ਕੋਈ 5-6 ਸਾਲ ਤੋਂ ਕਿਰਪਾ ਜੀ। ਤੁਸੀਂ 5-6 ਸਾਲ ਤੋਂ? ਜੀ ਜੀ ਹਾਂਜੀ ਹਾਂਜੀ, ਠੀਕ ਹੈ। ਜਦੋਂ ਦਾ ਰੱਖਿਆ ਫਿਰ ਪ੍ਰਕਾਸ਼ ਹੀ ਰੱਖਦੇ? ਦੇਖੋ ਜੀ, ਹੁਕਮ ਵਰਤਾ ਫਿਰ ਗੁਰੂ ਸਾਹਿਬ ਫਿਰ ਵਰਤਾ ਦਿੰਦੇ ਫਿਰ ਜੀ। ਹਾਂਜੀ, ਜਿਵੇਂ ਗੁਰੂ ਸਾਹਿਬ ਦਾ ਹੁਕਮ ਹੈ ਵੀ ਦਾੜਾ ਪ੍ਰਕਾਸ਼ ਹੋਣਾ ਚਾਹੀਦਾ ਸਿੱਖ ਦਾ, ਤਾਂ ਬਰਕਰਾਰ ਰੱਖਦੇ? ਦੇਖੋ ਜੀ, ਇਹ ਸਾਨੂੰ ਇਹ ਸਾਡੇ ਯੂਥ ਨੂੰ ਬੇਨਤੀ ਹੈ ਜੀ ਕਿ ਸਾਡੇ ਜਿਹੜੇ ਪੁਰਖੇ ਆ ਐਡੇ ਵੱਡੇ ਪੂਰਨ ਸਾਡੇ ਵਾਸਤੇ ਪਾ ਗਏ, ਆਪਣੇ ਜਾਨਾਂ ਕੁਰਬਾਨ ਕਰ ਗਏ, ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਸਾਹਿਬ, ਅਤੇ ਜੇ ਅਸੀਂ ਉਹ ਉਹਨਾਂ ਦਿੱਤਾ ਹੋਇਆ ਸਰੂਪ ਹੀ ਸੰਭਾਲ ਨਹੀਂ ਸਕਦੇ, ਅਤੇ ਜੈਸੇ ਫਿਰ ਅਸੀਂ ਮਤਲਬ ਕਿਸੇ ਨੂੰ ਦੋਸ਼ ਦੇਣਾ ਸਾਡੇ ਠੀਕ ਨਹੀਂ ਨਾ ਜੀ। ਹਾਂਜੀ, ਤਾਂ ਇੱਥੇ ਸੇਵਾ ਨਿਭਾ ਰਹੇ ਹੋ ਤੁਸੀਂ ਵੀ 7-8 ਦਿਨ ਹੋ ਬਾਈ? ਜੀ ਜੀ ਜੀ, ਹਾਂਜੀ ਹਾਂਜੀ ਹਾਂਜੀ, ਗੁਰੂ ਸਾਹਿਬ ਨੇ ਆਪ ਵਿਸ਼ੇਸ਼ ਕੀਤੀ ਹੈ ਜੀ। ਜਿਵੇਂ ਮੰਨ ਲਓ ਆਪਾਂ ਕਹਿੰਦੇ ਹਾਂ, ਜਿਵੇਂ ਮੰਨ ਲਓ ਸਰਕਾਰੀ ਮਹਿਕਮਿਆਂ ਦੇ ਵਿੱਚ ਜਿਵੇਂ ਮੰਨ ਲਓ ਬਹੁਤ ਨੌਜਵਾਨ ਹੁੰਦੇ ਨੇ, ਬਹਾਨੇ ਕੱਢ ਦਿੰਦੇ ਨੇ ਵੀ ਸਾਨੂੰ ਰੱਖਣ ਨਹੀਂ ਦਿੱਤਾ ਜਾਂਦਾ, ਜਾਂ ਹੁੰਦੀ ਆ ਕੋਈ ਏਦਾਂ? ਨਹੀਂ ਜੀ, ਇੱਦਾਂ ਦੇਖੋ ਕੋਈ ਮੁਸ਼ਕਿਲ ਨਹੀਂ, ਸਾਡੇ ਅਫਸਰ ਸਾਹਿਬਾਨ ਮਤਲਬ ਸਾਰੇ ਸੂਝਵਾਨ, ਮਤਲਬ ਸਾਨੂੰ ਕਿਸੇ ਨੇ ਇੱਦਾਂ ਕਦੇ ਕੋਈ ਅੱਜ ਤੱਕ ਗੱਲ ਕੁਛ ਸੁਣੀ ਨਹੀਂ, ਇੱਦਾਂ ਜੇ ਅਸੀਂ ਬਹਾਨੇ ਘੜੀ ਜੀ ਕਿਸੇ ਸਿਰ ਦੋਸ਼ ਮੜੀ ਜੀ ਗੱਲ ਵੱਖਰੀ ਆ ਜੀ, ਤੇ ਇੱਦਾਂ ਦੀ ਕੋਈ ਮੁਸ਼ਕਿਲ ਨਹੀਂ। ਉਹੀ ਕਹਿ ਦਿੰਦੇ ਆ ਜਿਵੇਂ ਮੰਨ ਲਓ ਆਪਣੇ ਵਾਲ ਕਟਾਉਣ ਦੇ ਮਾਰੇ ਘਰਦਿਆਂ ਨੂੰ ਕਹਿ ਦਿੰਦੇ ਨੇ ਵੀ ਭਾਈ ਸਿਰ ਦੁਖਦਾ, ਜਾਂ ਉਸੇ ਤਰੀਕੇ ਨਾਲ ਬਹਾਨੇ ਹੀ ਨੇ, ਕੋਈ ਰੋਕ ਟੋਕ ਨਹੀਂ? ਮੈਂ ਤਾਂ ਉਹੀ ਬੇਨਤੀ ਕਰਾਂਗਾ ਜੀ, ਸਾਨੂੰ
ਸਿੱਖੀ ਸਰੂਪ ਸੰਪੂਰਨ ਸਰੂਪ ਜਿਹੜਾ ਬਖਸ਼ਿਆ ਨਾ ਜੀ, ਜੇ ਅਸੀਂ ਸਿੱਖੀ ਸਰੂਪ 'ਚ ਰਵਾਂਗੇ, ਗੁਰੂ ਦੇ ਹੁਕਮਾਂ 'ਤੇ ਚੱਲਾਂਗੇ, ਪੂਰਨਾ ਚੱਲਾਂਗੇ, ਅਤੇ ਮੈਂ ਤਾਂ ਯੂਥ ਨੂੰ ਕਹਾਂਗਾ ਫਿਰ ਅਸੀਂ ਕਿਸੇ ਪੁੱਠੇ ਪਾਸੇ ਜਾਵਾਂਗੇ ਨਹੀਂ, ਜਿਸ ਤਰ੍ਹਾਂ ਜੂਸ ਨਸ਼ਿਆਂ ਵੱਲ ਜਾ ਰਿਹਾ। ਜਦੋਂ ਸਿੱਖੀ ਸਰੂਪ 'ਚ ਰਵਾਂਗੇ, ਬਾਣੀ ਦੇ ਬਾਣੀਆਂ ਧਾਰਨੀ ਰਵਾਂਗੇ, ਬਾਣੀ ਦੀ ਗੱਲ ਮੰਨਾਂਗੇ, ਬਾਣੀ ਦੇ ਵਿਚਾਰ ਕਰਾਂਗੇ, ਨਸ਼ੇ ਦੇ ਪਾਸੇ ਜਾਣ ਵਾਲੀ ਗੱਲ ਹੀ ਨਹੀਂ ਹੈ। ਸਾਡੇ ਯੂਥ ਦਾ ਮੇਨ ਟੁੱਟਣ ਦਾ ਕਾਰਨ ਹੀ ਖਾਲਸਾ ਜੀ, ਨਸ਼ੇ ਵੱਲ ਜਾਣ ਦਾ ਕਾਰਨ ਹੀ ਸਿੱਖੀ ਨੂੰ ਛੱਡ ਜਾਣਾ। ਜੇ ਬਾਣੀ ਦੇ ਅਸੀਂ ਚੱਲਾਂਗੇ ਤਾਂ ਸਿੱਖੀ ਦੇ ਪਾਸੇ ਚੱਲਾਂਗੇ, ਤਾਂ ਨਸ਼ੇ ਵੱਲ ਤਾਂ ਸੋਚਦਾ ਵੀ ਨਹੀਂ ਬੰਦਾ। ਨਸ਼ਾ ਬਾਣੀ ਦਾ ਨਸ਼ਾ ਆਪਣਾ ਇੰਨਾ ਕਿ ਦੂਜੇ ਨਸ਼ੇ ਦੀ ਸਭ ਵਿਸਰ ਜਾਂਦੇ ਆ ਜੀ। ਬਾਕੀ ਜੇ ਮੰਨ ਲਓ ਪੰਜਾਬ ਪੁਲਿਸ ਨੂੰ ਲੋਕ ਹੋਰ ਨਿਗਾਹ ਨਾਲ ਦੇਖਦੇ ਨੇ, ਮਤਲਬ ਤੁਹਾਨੂੰ ਦੇਖ ਕੇ ਪੋਜ਼ਿਟਿਵ ਜੀ ਵਾਈ ਵਾਈ ਮਿਲਦਾ? ਦੇਖੋ ਜੀ, ਇਹ ਵਡਿਆਈਆਂ ਆਪ ਜੀ ਦੀਆਂ, ਆਪ ਜੀ ਦੀ ਨਿਗਾਹ ਜੀ, ਅਸੀਂ ਤਾਂ ਨਿਮਾਣੇ ਬੰਦੇ ਹਾਂ ਜੀ। ਦੇਖੋ ਜੀ, ਆਪ ਜੀ ਨੇ ਸਾਡੇ ਸ਼ਾਇਦ ਕੁਛ ਵੇਖਿਆ, ਪਰ ਸਾਡੇ 'ਚ ਹੈ ਕੁਛ ਨਹੀਂ ਜੀ। ਆਪ ਜੀ ਦੀ ਇਹ ਨਿਗਾਹ 'ਚ ਹੈ ਜੀ, ਜੋ ਆਪਣੇ ਚੰਗਿਆਈ ਵੇਖੀ ਜੀ। ਹਾਂਜੀ ਸਾਹਿਬ ਦਾ ਮਤਲਬ ਤੁਸੀਂ ਰੱਖਿਆ ਤਾਂ ਉਸ ਸਾਰੀ ਸੰਗਤ ਦੀ ਨਿਗਾਹ 'ਚ ਆਉਣੀ ਹੋ ਤੁਸੀਂ? ਵਾਹਿਗੁਰੂ, ਵਾਹਿਗੁਰੂ, ਬਖਸ਼ਿਸ਼ ਹੈ ਗੁਰੂ ਸਾਹਿਬ ਬਖਸ਼ਿਸ਼ ਹੈ ਜੀ। ਹਾਂ, ਬਾਕੀ ਸਾਡੇ ਉਮੀਦ ਬੇਨਤੀ ਸਾਰਿਆਂ ਨੂੰ ਇਹੋ ਹੀ ਹੈ ਜੀ ਕਿ ਸਿੱਖੀ ਸਰੂਪ ਧਾਰਨ ਕਰਨ, ਨਸ਼ਿਆਂ ਨੂੰ ਛੱਡਣ, ਨਸ਼ਿਆਂ ਨੂੰ ਤਿਆਗਣ, ਆਪਣੀ ਪੜ੍ਹਾਈ ਵੱਲ ਧਿਆਨ ਦੇਣ, ਆਪਣੇ ਫਿਊਚਰ ਵੱਲ, ਆਪਣੇ ਮਾਂ ਬਾਪ ਦੀ। ਦੇਖੋ, ਜੇ ਯੂਥ ਬੱਚਾ ਹੈ, ਨਸ਼ਿਆਂ ਨੂੰ ਛੱਡ ਕੇ ਸਹੀ ਰਾਹ ਤੁਰਿਆ, ਤਾਂ ਅਗਲੇ ਵੀ ਸੁੱਖੀ ਅਤੇ ਉਸ ਪਿਛਲੇ ਆਉਣ ਵਾਲੀਆਂ ਪੀੜ੍ਹੀਆਂ ਵੀ ਸੁੱਖੀ। ਹਾਂਜੀ, ਸਾਡੀ ਤਾਂ ਇਹ ਬੇਨਤੀ ਹੈ ਜੀ। ਹਾਂਜੀ ਹਾਂਜੀ, ਚੰਗਾ ਲੱਗਿਆ ਬਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਇਹ ਸੀ ਬਾਈ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਜਿਨ੍ਹਾਂ ਨੇ ਕੇਸ ਦਾੜਾ ਰੱਖਿਆ ਹੋਇਆ। ਸਭ ਤੋਂ ਵੱਡੀ ਗੱਲ ਇਹ ਸੀ ਕਿ ਦਾੜਾ ਪ੍ਰਕਾਸ਼ ਰੱਖਿਆ, ਜਿਵੇਂ ਗੁਰੂ ਸਾਹਿਬ ਨੇ ਕਿਹਾ, ਸਾਬਤ ਸੂਰਤ ਦਸਤਾਰ ਸਿਰਾ। ਸਿੱਖ ਹੈ ਜਿਹੜਾ ਉਹ ਦਾੜਾ ਜਿਹੜਾ ਉਹ ਪ੍ਰਕਾਸ਼ ਰੱਖਦਾ, ਸਿਰ 'ਤੇ ਦਸਤਾਰ ਆ ਜਿਹੜੀ ਉਹ ਸਜਾਈ ਹੋਈ ਹੈ। ਤਾਂ ਲੋੜ ਆ ਕਿਤੇ ਨਾ ਕਿਤੇ ਯੂਥ ਨੂੰ ਵੀ ਸਿੱਖਿਆ ਦੇ ਰਹੇ ਨੇ ਕਿ ਸਾਨੂੰ ਮਹਿਕਮੇ ਦੇ ਵਿੱਚ ਰਹਿ ਕੇ ਕੋਈ ਵੀ ਇੱਦਾਂ ਦੀ ਤਕਲੀਫ ਨਹੀਂ ਆਈ ਜਾਂ ਕੋਈ ਵੀ ਇੱਦਾਂ ਦੀ ਅੜਚਣ ਨਹੀਂ ਆਈ। ਤਾਂ ਸਾਡੇ ਨੌਜਵਾਨ ਕਿਉਂ ਇਹਨਾਂ ਚੀਜ਼ਾਂ ਤੋਂ ਪਿੱਛੇ ਹਟ ਰਹੇ ਨੇ, ਕਿਉਂ ਸਿੱਖੀ ਤੋਂ ਪਿੱਛੇ ਹਟ ਰਹੇ ਨੇ? ਜਿਹੜੀ ਸਿੱਖੀ ਦੇ ਬੂਟੇ ਨੂੰ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਜੀ, ਗੁਰੂ ਸਾਹਿਬ ਨੇ ਸਾਰੇ ਪਰਿਵਾਰ ਦਾ ਖੂਨ ਨਾਲ ਸਿੰਜਿਆ ਜਿਹੜਾ ਬੂਟਾ, ਤਾਂ ਉਸ ਬੂਟੇ ਨੂੰ ਜੇ ਅਸੀਂ ਸੱਚੀ ਸ਼ਰਧਾਂਜਲੀ ਦੇਣੀ ਹੈ, ਜੇ ਅਸੀਂ ਸੱਚੀ ਸ਼ਰਧਾਂਜਲੀ ਉਹਨਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਦੇਣੀ ਹੈ, ਤਾਂ ਸਾਨੂੰ ਵੀ ਲੋੜ ਹੈ ਕਿਤੇ ਨਾ ਕਿਤੇ ਸਿੱਖੀ ਨਾਲ ਜੁੜੇ ਰਹੀਏ। ਜਿਹੜੀਆਂ ਮੂਲ ਚੀਜ਼ਾਂ ਗੁਰੂ ਸਾਹਿਬ ਨੇ ਦੱਸੀਆਂ ਨੇ, ਸਾਬਤ ਸੂਰਤ ਦਸਤਾਰ ਸਿਰਾ, ਘੱਟੋ ਘੱਟ ਸਾਬਤ ਸੂਰਤ ਸਿੱਖ ਹੋਣਾ ਚਾਹੀਦਾ, ਦਸਤਾਰ ਸਿਰ 'ਤੇ ਹੋਣੀ ਚਾਹੀਦੀ ਹੈ। ਨਾਈਆਂ ਦੀਆਂ ਦੁਕਾਨਾਂ 'ਤੇ ਜਾ ਕੇ ਅਸੀਂ ਜਿਹੜੀਆਂ ਦਾੜੀਆਂ ਕਟਾਉਂਦੇ ਹਾਂ ਅਤੇ ਉਸ ਤੋਂ ਬਾਅਦ ਸਾਹਿਬਜ਼ਾਦਿਆਂ ਦੇ ਇੱਥੇ ਨਤਮਸਤਕ ਹੋਣ ਆਉਂਦੇ ਹਾਂ, ਤਾਂ ਸਾਨੂੰ ਵੀ ਸੋਚਣ ਦੀ ਲੋੜ ਹੈ ਕਿਤੇ ਨਾ ਕਿਤੇ। ਜਿਵੇਂ ਉਹਨਾਂ ਨੇ ਨੀਹਾਂ ਦੇ ਵਿੱਚ ਖੜ ਕੇ ਠੰਡੇ ਬੁਰਜ ਦੇ ਵਿੱਚ ਤਸੀਹੇ ਸਹਿ ਕੇ ਆਪਣੀ ਸਿੱਖੀ ਬਰਕਰਾਰ ਰੱਖੀ ਸੀ, ਤਾਂ ਅਸੀਂ ਕਿਉਂ ਨਹੀਂ ਰੱਖ ਸਕਦੇ? ਅੱਜ ਸਾਡੇ ਕੋਲ ਸਾਰਾ ਕੁਛ ਹੈ, ਤਾਂ ਲੋੜ ਹੈ ਕਿਤੇ ਨਾ ਕਿਤੇ ਸੋਚਣ ਦੀ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਯਾਦ ਰੱਖਣ ਦੀ। ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜਵੀਰ ਸਿੰਘ, ਪ੍ਰੋ ਪੰਜਾਬ ਟੀਵੀ, ਸ਼੍ਰੀ ਫਤਿਹਗੜ੍ਹ ਸਾਹਿਬ।